ਜਦ ਵੀ ਕੋਈ ਫਿਲਮ ਆਉਂਦੀ ਹੈ ਨਾ ਤੇ ਐਕਟਰਸ ਦਾ ਤੇ ਉੱਚ ਰੋਲ ਹੁੰਦਾ ਹੀ ਹੁੰਦਾ ਹੈ ਤੇ ਸਭ ਤੋਂ ਇੰਪੋਰਟੈਂਟ ਰੋਲ ਨਾ ਜਿਹੜਾ ਹੁੰਦਾ ਡਾਇਰੈਕਟਰ ਦਾ ਹੁੰਦਾ ਤੇ ਪ੍ਰੋਡਿਊਸਰ ਦਾ ਹੁੰਦਾ ਤੇ ਸਾਡੇ ਨਾਲ ਹੈਗੇ ਨੇ ਫਿਲਮ ਮੁਕਲਾਵਾ ਦੇ ਡਾਇਰੈਕਟਰ ਐਂਡ ਪ੍ਰੋਡਿਊਸਰ ਜੀ ਵੈਲਕਮ ਜੀ ਦੇਸੀ ਚੈਨਲ ਤੇ ਥੈਂਕ ਯੂ ਐਂਡ ਸਤਿ ਸ਼੍ਰੀ ਅਕਾਲ ਥੈਂਕਸ ਲੋਟ ਥੈਂਕਸ ਫੋਰ ਹੈਵਿੰਗ ਅਸ ਔਨ ਦੇਸੀ ਚੈਨਲ ਰੀਲੀ ਐਪਰੀਸ਼ੀਏਟ ਯੂ ਕੇਇੰਗ ਕਮ ਓਵਰ ਹੇਅਰ ਐਂਡ ਪ੍ਰੋਮੋਟਿੰਗ ਆਵਰ ਮੂਵੀ ਐਂਡ ਪ੍ਰੋਮੋਟਿੰਗ ਅਸ ਫਸਟ ਆਫ ਆਲ ਕੰਗ੍ਰੈਚੁਲੇਸ਼ਨ ਤੁਹਾਡੇ ਲਈ ਨਾ ਮੂੰਹ ਮਿੱਠਾ ਕਰੋ ਕਿਉਂਕਿ ਟ੍ਰੇਲਰ ਨੂੰ ਬਹੁਤ ਅੱਛਾ ਰਿਸਪੋਂਸ ਮਿਲਿਆ ਈਵਨ ਗਾਣਿਆਂ ਨੂੰ ਮੈਂ ਗੱਲ ਕਰਾਂ ਗਾਣੇ ਹਰ ਗਾਣੇ ਨੂੰ ਬਹੁਤ ਵਧੀਆ ਰਿਸਪੋਂਸ ਮਿਲਿਆ ਐਂਡ ਮੋਸਟ ਪਾਪੂਲਰ ਗਾਣਾ ਹੈਗਾ ਉਹ ਗਾਣਾ .com ਬਿਲਕੁਲ ਜੀ ਅੱਜ ਦੀ ਡੇਟ ਦੇ ਵਿੱਚ ਆਈ ਥਿੰਕ ਵੰਗ ਦਾ ਨਾਪ ਜਿਹੜਾ ਗਾਣਾ ਹੈਗਾ ਯੂਥ ਦੀ ਗੱਲ ਕਰਾਂ ਉਹਨਾਂ ਨੂੰ ਪਸੰਦ ਆ ਰਿਹਾ ਅਗਰ ਮੈਂ ਥੋੜ੍ਹੇ ਵੱਡੀ ਉਮਰ ਦੀ ਗੱਲ ਕਰਾਂ ਉਹਨਾਂ ਨੂੰ ਪਸੰਦ ਆ ਰਿਹਾ ਜੇ ਅਸੀਂ ਉਹਨੂੰ ਅਸੀਂ ਉਹਦੀ ਗੱਲ ਕਰੀਏ ਕਾਲਾ ਸੂਟ ਦੀ ਕਰੀਏ ਜਾਂ ਅਸੀਂ ਗੱਲ ਕਰੀਏ ਗੁਲਾਬੀ ਪਾਣੀ ਜਾਂ ਜੁੱਤੀ ਦੀ ਗੱਲ ਕਰੀਏ ਜਾਂ ਅਸੀਂ ਸੈਡ ਸੌਂਗ ਦੀ ਗੱਲ ਕਰੀਏ ਈਵਨ ਟਾਈਟਲ ਵੀ ਜਿਹੜਾ ਹੈਗਾ ਮੁਕਲਾਵਾ ਤਾਂ ਲੋਕਾਂ ਨੂੰ ਪਸੰਦ ਆ ਰਿਹਾ ਅਤੇ ਸਾਨੂੰ ਬਹੁਤ ਚੰਗਾ ਲੱਗਦਾ ਕਿ ਜਦੋਂ ਅਸੀਂ ਮਿਊਜ਼ਿਕ ਜਿਹੜਾ ਕ੍ਰੀਏਟ ਕੀਤਾ ਔਰ ਲੋਕਾਂ ਨੂੰ ਪਸੰਦ ਆਏ ਤਾਂ ਅਫਕੋਰਸ ਉਹਨਾਂ ਨੂੰ ਮੂਵੀ ਤਾਂ ਫਿਰ ਪਸੰਦ ਆਏਗੀ ਆਏਗੀ ਜੀ ਜਦੋਂ ਵੀ ਆਪਾਂ ਕੋਈ ਕੰਮ ਕਰਦੇ ਹਾਂ ਟ੍ਰੇਲਰ ਨੂੰ ਅੱਛਾ ਰਿਸਪੋਂਸ ਮਿਲ ਜੇ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਮੂਵੀ ਸਾਡੀ ਕੀ ਕੰਮ ਕਰੂਗੀ ਅਤੇ ਤੁਹਾਨੂੰ ਕਿੰਨੀਆਂ ਕੁ ਐਕਸਪੈਕਟੇਸ਼ਨ ਹੁਣ ਜਾਗ ਚੁੱਕੀਆਂ ਨੇ ਨਹੀਂ ਸਾਨੂੰ ਤਾਂ ਬਹੁਤ ਐਕਸਪੈਕਟੇਸ਼ਨ ਹੋ ਚੁੱਕੀ ਹੈ ਕਿਉਂਕਿ ਟ੍ਰੇਲਰ ਨੂੰ ਬਹੁਤ ਅੱਛਾ ਰਿਸਪੋਂਸ ਮਿਲਿਆ ਉਸ ਤੋਂ ਬਾਅਦ ਹਰ ਇੱਕ ਗਾਣਾ ਸਟੈਪ ਬਾਈ ਸਟੈਪ ਸਾਰਿਆਂ ਨੇ ਪਸੰਦ ਕੀਤਾ ਜਿਸ ਤਰ੍ਹਾਂ ਅਸੀਂ ਕਹਿ ਰਹੇ ਕਿ ਕਿਹੜਾ ਗਾਣਾ ਜਦੋਂ ਪਹਿਲਾਂ ਆਇਆ ਸੀ ਤਾਂ ਉਹ ਬਹੁਤ ਮਤਲਬ ਪਾਪੂਲਰ ਹੋਇਆ ਸੈਕਿੰਡ ਆਇਆ ਹੋਰ ਪਾਪੂਲਰ ਹੋਇਆ ਹਰ ਗਾਣਾ ਆਪਣੇ ਆਪ 'ਚ ਇੱਕ ਜਗ੍ਹਾ ਬਣਾਉਂਦਾ ਗਿਆ ਮੈਨੂੰ ਲੱਗਦਾ ਇਸ ਸਾਲ ਦੇ ਵਿੱਚ ਹਜੇ ਤੱਕ ਦਾ ਸਭ ਤੋਂ ਬੈਸਟ ਮਿਊਜ਼ਿਕ ਮੈਨੂੰ ਲੱਗ ਰਿਹਾ ਕਿ ਜਿਹਦਾ ਓਵਰਆਲ ਸੌਂਗ ਫਿਲਮ ਦੇ ਸਾਰੇ ਵੈਰੀ ਗੁੱਡ ਨੇ ਅਤੇ ਇਹੀ ਫਿਲਮ ਵਾਸਤੇ ਖਾਸ ਚੀਜ਼ ਆ ਪੰਜਾਬੀ ਫਿਲਮ ਵਾਸਤੇ ਤਾਂ ਬਹੁਤ ਹੀ ਇੰਪੋਰਟੈਂਸ ਆ ਮਿਊਜ਼ਿਕ ਦੀ ਅਤੇ ਜਦੋਂ ਤੁਹਾਡਾ ਮਿਊਜ਼ਿਕ ਹਿੱਟ ਆ ਤਾਂ ਸਾਨੂੰ ਹੋਪ ਤਾਂ ਹੋਰ ਵੀ ਵੱਧ ਜਾਂਦੀ ਹੈ ਆਲਰੇਡੀ ਤੁਹਾਡੀ ਫਿਲਮ ਬਹੁਤ ਅੱਛੀ ਹੈ ਅਤੇ ਅਸੀਂ ਆਪਣੀ ਫਿਲਮ ਦੇ ਪੂਰੇ ਕੌਨਫੀਡੈਂਟ ਹੈ ਦੂਜੀ ਗੱਲ ਹੈ ਜੀ ਮੈਂ ਤੁਹਾਡੀ ਗੱਲ ਗਾਣੇ ਤੋਂ ਕਹਾਂ ਆਇਰਨ ਹੈ ਮਿਊਜ਼ਿਕ ਕੰਪਨੀ ਔਰ ਮਿਊਜ਼ਿਕ ਕੰਪਨੀ ਲਈ ਇੱਕ ਗਾਣਾ ਵੀ ਵੱਡਾ ਕਰਨਾ ਬਹੁਤ ਜ਼ੋਰ ਲੱਗਦਾ ਔਰ ਹੁੰਦਾ ਨਹੀਂ ਪਰ ਸਾਡਾ ਦੇਖੋ ਜੀ ਮੁਕਲਾਵਰ ਜਦੋਂ 9 ਦੇ 9 ਗਾਣੇ ਆ 9 ਦੇ 9 ਗਾਣੇ ਪਸੰਦ ਕਰ ਰਹੇ ਆ ਤਾਂ ਸਮਥਿੰਗ ਸਮ ਮੈਜਿਕ ਤਾਂ ਹੈ ਇਹਦੇ ਵਿੱਚ ਮੁਕਲਾਵਾ ਦੇ ਵਿੱਚ ਤਾਂ ਵੀ ਆਰ ਵੈਰੀ ਵੈਰੀ ਕੌਨਫੀਡੈਂਟ ਬਟ ਮੁਕਲਾਵਾ ਲੈ ਕੇ 2-2.5 ਘੰਟੇ ਦੀ ਫਿਲਮ ਹੁੰਦੀ ਉਹ 'ਚ 9 ਗਾਣਿਆਂ ਦਾ ਆਉਣਾ ਔਰ ਹਰ ਗਾਣੇ ਦਾ ਆਪਣੀ ਵੱਖਰੀ ਛਾਪ ਛੱਡਣਾ ਇਹ ਵੀ ਇੱਕ ਨਾ ਕਹਿ ਸਕਦੇ ਹਾਂ ਕਿ ਟ੍ਰੈਂਡ ਸੈੱਟ ਹੋ ਗਿਆ 100% ਹੀ ਟ੍ਰੈਂਡ ਸੈੱਟ ਹੋ ਗਿਆ ਮੋਰ ਓਵਰ ਜੀ ਆਡੀਅੰਸ ਨੂੰ ਨਾ ਫਿਲਮਾਂ ਦੇ ਗਾਣੇ ਨੇ ਪਸੰਦ ਨਹੀਂ ਆਉਂਦੇ ਅਸੀਂ ਮੈਂ ਕਿੰਨੀਆਂ ਫਿਲਮਾਂ ਕੀਤੀਆਂ ਉਹਨਾਂ ਦੇ ਵਿੱਚੋਂ ਕੁਛ ਫਿਲਮਾਂ ਨੂੰ ਛੱਡ ਕੇ ਉਹ ਲੋਕਾਂ ਨੂੰ ਪਸੰਦ ਨਹੀਂ ਆਏਗਾ ਨੇ ਕਹਿੰਦੇ ਨਹੀਂ ਯਾਰ ਗੱਲ ਨਹੀਂ ਬਣੀ ਪਰ ਇਹ ਫਿਲਮ ਇੱਕ ਐਸੀ ਹੈ ਜਿੱਥੇ ਲੋਕ ਕਹਿੰਦੇ ਕਿ ਨਹੀਂ ਯਾਰ ਗਾਣਿਆਂ ਨੇ ਹੋਰ ਗੱਲ ਬਣਾ ਦਿੱਤੀ ਜੇ ਟ੍ਰੇਲਰ ਚੰਗਾ ਲੱਗਿਆ ਫਸਟ ਗਾਣਾ ਆਇਆ ਭਾਜੀ ਨੇ ਜਿਵੇਂ ਕਿਹਾ ਸੈਕਿੰਡ ਆਇਆ ਥਰਡ ਆਇਆ ਜਦੋਂ ਹੁਣ ਵੰਗ ਦਾ ਨਾਂ ਪਾਇਆ ਨਾ ਯੂਥ ਜਿਹੜਾ ਹੈਗਾ ਉਹਨੂੰ ਬਹੁਤ ਜ਼ਿਆਦਾ ਲਾਈਕ ਕਰ ਰਿਹਾ ਔਰ ਯੂਥ ਪਹਿਲਾਂ ਸਾਨੂੰ ਲੱਗਦਾ ਸੀ ਸ਼ਾਇਦ ਯਾਰ ਇਹ ਮੁਕਲਾਵਾ ਫਿਲਮਾਂ ਸ਼ਾਇਦ ਪੀਰੀਅਡ ਫਿਲਮਾਂ ਯੂਥ ਨੂੰ ਨਾ ਅਟਰੈਕਟ ਕਰੇ ਹੁਣ ਮੈਨੂੰ ਲੱਗਦਾ ਕਿ ਯੂਥ ਨੂੰ ਜ਼ਿਆਦਾ ਅਟਰੈਕਟ ਕਰ ਰਹੀ ਅਗਰ ਟਿਕਟੋਕ 'ਤੇ ਤੁਸੀਂ ਦੇਖੋ 35 million ਪਲੱਸ ਉਹਦੇ ਵਿਊਜ਼ ਹੈਗੇ ਨੇ ਇੱਥੋਂ ਲੱਗਦਾ ਕਿ ਯੂਥ ਇਜ਼ ਦੇਅਰ ਖਾਸ ਗੱਲ ਇਹ ਵੀ ਹੈ ਕਿ ਔਨ ਡਿਮਾਂਡ ਵੰਗ ਦਾ ਨਾਂ ਪੂਰਾ ਕੀਤਾ ਗਿਆ ਹੈਗਾ ਉਹਦੀ ਵੀਡੀਓ ਕੀਤੀ ਹੈ ਬਿਲਕੁਲ ਸਾਡੇ ਕੋਲ ਇੱਕ ਮੁਖੜਾ ਸੀਗਾ ਪਰ ਆਡੀਅੰਸ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਚੰਗਾ ਲੱਗਾ ਜੋ ਕਿ ਟ੍ਰੇਲਰ ਦੇ ਵਿੱਚ ਸੀ ਤਾਂ ਫਿਰ ਅਸੀਂ ਔਨ ਡਿਮਾਂਡ ਉਹਨੂੰ ਰਾਤੋਂ ਰਾਤ ਉਹਨੂੰ ਸ਼ੂਟ ਕੀਤਾ ਰਾਤੋਂ ਰਾਤ ਤੋਂ ਗਾਣੇ ਬਣਿਆ ਅਤੇ ਫਿਰ ਆਡੀਅੰਸ ਲੈ ਕੇ ਆਏ ਇਹ ਫਿਲਮ ਦੇ ਵਿੱਚ ਵੰਗ ਦਾ ਨਾਪ ਜਿਹੜਾ ਪੂਰਾ ਗਾਣਾ ਹੈ ਫਿਲਮ 'ਚ ਨਹੀਂ ਹੈਗਾ ਪਰ ਇੱਕ ਪਹਿਲਾਂ ਮੁਖੜਾ ਹੈਗਾ ਰਾਤੋਂ ਰਾਤ ਤਾਂ ਤੁਸੀਂ ਸਿਮਰਜੀਤ ਸਿੰਘ ਨੂੰ ਇੰਟੈਂਸ਼ਨ ਪਾਤੀ ਨਾ ਗਾਣਾ ਕੰਪਲੀਟ ਕਰਨ ਦੀ ਨਹੀਂ ਹੈ ਜੀ ਚੰਗੇ ਕੰਮ ਵਾਸਤੇ ਔਰ ਕੰਮ ਹੈ ਸਾਡਾ ਕੰਮ ਕਰਨ ਵਾਸਤੇ ਹਮੇਸ਼ਾ ਰੈਡੀ ਰਹਿੰਦੇ ਹਾਂ ਅਤੇ ਕੰਮ ਦੀ ਕੋਈ ਟੈਨਸ਼ਨ ਨਹੀਂ ਜਦੋਂ ਵੀ ਤੁਸੀਂ ਫਿਲਮ ਡਾਇਰੈਕਟ ਕਰਦੇ ਹੋ ਕਿਉਂਕਿ ਤੁਹਾਡੇ ਜਿੰਨੇ ਵੀ ਪ੍ਰੋਜੈਕਟਸ ਪਿੱਛੇ ਜੀ ਆਏ ਆ ਬੰਬੂ ਕਾਟ ਗਰੇਜ਼ ਫਿਰ ਨਿੱਕਾ ਜਲਦਾਰ ਸੀਰੀਜ਼ ਸਾਰੇ ਹਿੱਟ ਗਈ ਹੈ ਜਦੋਂ ਵੀ ਡਾਇਰੈਕਸ਼ਨ ਪੁਆਇੰਟ 'ਤੇ ਗੱਲ ਆਉਂਦੀ ਹੈ ਤੁਸੀਂ ਕਿੰਨੇ ਕੁ ਸਟ੍ਰਿਕਟ ਹੋ ਜਾਂਦੇ ਹੋ ਕਲਾਕਾਰਾਂ ਨਾਲ ਕਿ ਨਹੀਂ ਯਾਰ ਇਹ ਮੇਰਾ ਕੰਮ ਹੈ ਐਂਡ ਆਈ ਹੈਵ ਟੂ ਬੀ ਸਟ੍ਰਿਕਟ ਵਿਦ ਦਾ ਆਰਟਿਸਟ ਭਾਵੇਂ ਜਿੰਨਾ ਮਰਜ਼ੀ ਵੱਡਾ ਸਟਾਰ ਹੋਵੇ ਇਹਦਾ ਅਨਸਰ ਨਾ ਭਾਜੀ ਦਿੰਦਾ ਭਾਜੀ ਇਟਸ ਰੀਲੀ ਵਾਂਟ ਟੂ ਸੇ ਦਿਸ ਥਿੰਗ ਮੈਂ ਭਾਜੀ ਕਿਹਾ ਜੀ ਇਹੋ ਜਿਹੇ ਇਨਸਾਨ ਮੈਂ ਦੇਖੇ ਨੇ ਉਹਨਾਂ ਨੂੰ ਨਾ ਚੰਗਾ ਲੱਗਦਾ ਆਰਟਿਸਟ ਦੀ ਵੀ ਰਹਿ ਲੈਣੀ ਨਾਲ ਆਪਣੇ ਕਰੂ ਦੀ ਵੀ ਲੈ ਲੈਣੀ ਔਰ ਜਿਹੜੀ ਬੈਸਟ ਚੀਜ਼ ਹੈਗੀ ਉਹ ਲੈਣੀ ਕਈ ਮੈਂ ਡਾਇਰੈਕਟਰ ਦੇਖੇ ਆ ਮੈਂ ਕੰਮ ਵੀ ਕੀਤਾ ਨਹੀਂ ਯਾਰ ਇਹ ਤੋਂ ਮੇਰਾ ਕੰਮ ਹੈ ਇਹ ਨਹੀਂ ਕਹਿੰਦੇ ਕਹਿੰਦੇ ਕਿ ਇੱਕ ਟੀਮ ਵਰਕ ਦਾ ਕੰਮ ਆ ਇੱਕ ਟੀਮ ਜਿਹੜੀ ਹੈਗੀ ਹੈ ਕੰਮ ਨੂੰ ਸੰਭਾਲ ਸਕਦੀ ਆ ਔਰ ਮੈਂ ਦਿਲੋਂ ਚਾਹੁੰਦਾ ਕਿ ਅਗਰ ਟੀਮ ਚੰਗੀ ਤੁਹਾਡੀ ਨਾ ਹੋਵੇ ਤਾਂ ਤੁਸੀਂ ਚੰਗੀ ਫਿਲਮ ਨਹੀਂ ਬਣਾ ਸਕਦੇ ਤਾਂ ਜਿਵੇਂ ਚੰਗੇ ਇਨਸਾਨ ਨੇ ਉਹਨੇ ਚੰਗੇ ਡਾਇਰੈਕਟਰ ਨੇ ਉਹਨੇ ਚੰਗੇ ਟੀਮ ਪਲੇਅਰ ਨੇ ਟੀਮ ਪਲੇਅਰ ਹੋਣਾ ਬਹੁਤ ਜ਼ਰੂਰੀ ਹੈ ਬਾਕੀ ਆਪ ਦੱਸਦੇ ਬਿਲਕੁਲ ਸਾਰਾ ਕੁਝ ਦੱਸਦਾ ਇਹੀ ਚੀਜ਼ ਹੈ ਹੁੰਦਾ ਕੀ ਹੈ ਕਿ ਦੇਖੋ ਹਰ ਬੰਦੇ ਦਾ ਜਦੋਂ ਤੁਹਾਡੇ ਨਾਲ ਜੁੜੇ ਹੋਏ ਨੇ ਇਹ ਜੁੜਿਆ ਸਕ੍ਰਿਪਟ ਦੇ ਉੱਤੇ ਘੁੱਗੀ ਜੀ ਜੁੜਿਆ ਐਮੀ ਜੁੜਿਆ ਸਾਰੇ ਮਤਲਬ BNG ਜੁੜਿਆ ਹੋਰ ਵੀ ਕਰਮਜੀਤ ਜੋ ਸੀਨ ਪੜ੍ਹਦੇ ਆ ਜੇ ਉਹ ਕੋਈ ਸੁਜੈਸ਼ਨ ਦਿੰਦੇ ਆ ਜੇ ਮੈਨੂੰ ਚੰਗਾ ਲੱਗਦਾ ਤਾਂ ਮੈਂ ਜ਼ਰੂਰ ਵੈਲਕਮ ਕਰਦਾ ਉਹਦੇ ਨਾਲ ਮੇਰੇ 'ਤੇ ਕੋਈ ਇਫੈਕਟ ਨਹੀਂ ਪੈਂਦਾ ਮੇਰੀ ਫਿਲਮ ਅੱਛੀ ਬਣ ਰਹੀ ਹੈ ਐਟ ਆਫ ਦੀ ਐਂਡ ਰਿਜ਼ਲਟ ਇਜ਼ ਵੈਰੀ ਗੁੱਡ ਨਾ ਤਾਂ ਇਸੇ ਕਰਕੇ ਮੈਂ ਸਾਰਿਆਂ ਨੂੰ ਹਰ ਚੀਜ਼ ਦਾ ਵੈਲਕਮ ਕਰਦਾ ਕਿ ਦੱਸੋ ਜੋ ਵੀ ਤੁਸੀਂ ਸੁਜੈਸ਼ਨ ਕਰ ਸਕਦੇ ਕਿਉਂਕਿ ਅਸੀਂ ਇੱਕ ਜਦੋਂ ਆਪਾਂ ਕੰਮ ਕਰਦੇ ਹਾਂ ਨਾ ਇੱਕ ਚੀਜ਼ ਦੇ
ਕਿ ਜਿਹੜੇ ਸੁਜੈਸ਼ਨ ਦਿੰਦੇ ਨੇ ਅਸੀਂ ਐਕਸੈਪਟ ਕਰਦੇ ਹਾਂ ਅਤੇ ਮਨਮੋੜ ਜੀ ਦਾ ਤੁਸੀਂ ਮਨ ਨਹੀਂ ਮੋੜਿਆ ਐਕਟਿੰਗ ਵਾਲੇ ਪਾਸੇ ਆਉਣ ਨੂੰ, ਅੱਛੀ ਫਿਜ਼ੀਕ ਹੈ, ਅੱਛੀ ਲੁੱਕਸ ਹੈਗੀ ਹੈ, ਕਿਉਂ ਜੀ? ਮੈਂ ਕਿਹਾ ਜੀ ਇੱਕ ਨਾ ਪੰਜਾਬੀ 'ਚ ਕਹਾਵਤ ਆ, ਜਿਹੜਾ ਤੁਹਾਨੂੰ ਕੰਮ ਸੱਜਦਾ ਉਹ ਵੀ ਕਰਨਾ ਚਾਹੀਦਾ, ਬੀਇੰਗ ਅ ਪ੍ਰੋਡਿਊਸਰ ਆਈ ਥਿੰਕ ਵੀ ਆਰ ਡੂਇੰਗ ਗੁੱਡ, ਕਿਤੇ ਉਹ ਐਕਟਰ ਆ ਕੇ ਕਿਤੇ ਸਾਰਾ ਕੰਮ ਜਿਹੜਾ ਚੱਲ ਰਿਹਾ ਜਿਹੜਾ ਖਤਮ ਨਾ ਹੋ ਜਾਵੇ, ਇਹ ਬੈਟਰ ਟੂ ਸਟੇ ਇਨ ਪ੍ਰੋਡਕਸ਼ਨ। ਐਕਸਪੈਰੀਮੈਂਟ ਜ਼ਰੂਰੀ ਹੁੰਦੇ ਨੇ ਲਾਈਫ 'ਚ, ਕਰਦੇ ਰਹਿਣਾ ਚਾਹੀਦਾ। ਬਿਲਕੁਲ ਬਿਲਕੁਲ, ਹੋ ਸਕਦਾ ਕਰ ਲਈਏ ਅਸੀਂ ਦੋਨੇ ਕਰ ਲਈਏ। ਹੁਣ ਆਪਾਂ ਸੁਜੈਸ਼ਨ ਦੇਤਾ ਹੈਗਾ ਅਤੇ ਸਾਡੇ ਵੱਲੋਂ ਜੀ ਆਲ ਦਾ ਬੈਸਟ ਹੈ ਤੁਹਾਡੀ ਫਿਲਮ ਲਈ, ਅਤੇ 24 ਤਰੀਕ ਨੂੰ ਵਧਾਈਆਂ ਉਹਦੇ ਲਈ ਅਸੀਂ ਦੁਬਾਰਾ ਤੋਂ ਦਿੰਦੇ ਹਾਂ। ਬਿਲਕੁਲ ਬਿਲਕੁਲ, ਫਿਲਮ ਦੇਖ ਕੇ ਤੁਸੀਂ ਸਾਰੇ ਆਪਣਾ ਪੁਆਇੰਟ ਆਫ ਵਿਊ ਜ਼ਰੂਰ ਦਿਓ ਔਰ ਆਡੀਅੰਸ ਨੂੰ ਮੋਟਿਵ ਕਰੋ ਕਿ ਫਿਲਮ ਦੇਖਣ, ਅਤੇ ਗਰੰਟੀ ਸਾਡੀ ਹੈ ਕੰਮ ਬਹੁਤ ਵਧੀਆ, ਪ੍ਰੋਡਕਟ ਅੱਛਾ। ਪ੍ਰੋਡਿਊਸਰ ਸਾਹਿਬ ਦੇ ਪੈਸੇ ਪੂਰੇ ਹੋ ਜਾਣ ਫਿਲਮ 'ਤੇ? ਦੇਖੋ ਪ੍ਰੋਡਿਊਸਰ ਸਾਹਿਬ ਨੂੰ ਦੇਖੋ ਪੈਸੇ ਤਾਂ ਆਉਂਦੇ ਜਾਂਦੇ ਰਹਿੰਦੇ, ਸਭ ਤੋਂ ਪਹਿਲਾਂ ਇੱਜ਼ਤ ਹੁੰਦੀ ਆ ਕਿ ਆਡੀਅੰਸ ਨੂੰ ਫਿਲਮ ਪਸੰਦ ਹੋਣੀ ਚਾਹੀਦੀ ਹੈ, ਸਾਡੀ ਜਿਹੜੀ ਇੱਕ ਬ੍ਰਾਂਡ ਆ, ਨਾਮ ਆ, ਇਹ ਉੱਥੇ ਰਹਿਣਾ ਚਾਹੀਦਾ। ਤਾਂ ਦੈਟਸ ਆਮ ਹੋਪਿੰਗ ਫੋਰ ਕਿ ਤੁਸੀਂ ਇਹਨੂੰ ਪ੍ਰਮੋਟ ਕਰੋ, ਤਾਂ ਡੈਫੀਨੇਟਲੀ ਜਿਹੜਾ ਬ੍ਰਾਂਡ ਉਵੇਂ ਦੋਵੇਂ ਰਹੇਗਾ ਔਰ ਇੱਜ਼ਤ ਬਣੀ ਰਹੇ, ਪੈਸਾ ਪਿਆ ਜਾਂਦਾ। ਆਪਾਂ ਤੁਹਾਡੀ ਬ੍ਰਾਂਡ ਵੈਲਿਊ ਪੂਰੀ ਕਰਾਂਗੇ ਜੀ। ਥੈਂਕ ਯੂ, ਥੈਂਕਸ ਲੋਟ ਫੋਰ ਹੈਵਿੰਗ। ਇਹ ਸੀਗੇ ਜੀ ਸਾਡੇ ਨਾਲ ਫਿਲਮ ਦੇ ਸਿਮਰਜੀਤ ਸਿੰਘ ਜੀ ਡਾਇਰੈਕਟਰ ਸਾਹਿਬ, ਅਤੇ ਮਨਰੋਜ ਜੀ ਪ੍ਰੋਡਿਊਸਰ ਸਾਹਿਬ, ਅਤੇ ਇਹਨਾਂ ਦੀ ਫਿਲਮ ਆ ਰਹੀ ਹੈ ਮੋੜ ਜੀ ਦੀ ਮੁਕਲਾਵਾ, ਅਤੇ 24 ਤਰੀਕ ਨੂੰ ਰਿਲੀਜ਼ ਹੋ ਰਹੀ ਹੈ, ਅਤੇ ਤੁਸੀਂ ਸਾਰਿਆਂ ਨੇ ਇਸ ਫਿਲਮ ਨੂੰ ਪਿਆਰ ਜ਼ਰੂਰ ਦੇਣਾ ਹੈ। ਅਤੇ ਅੱਜ ਲਈ ਇਹਨਾਂ ਹੀ, ਜਲਦੀ ਹਾਜ਼ਰ ਹੋਵਾਂਗੇ ਨਵੀਂ ਅਪਡੇਟਸ ਦੇ ਨਾਲ। ਹੁਣ ਮੈਨੂੰ ਯਾਨੀ ਕਿ ਗਾਇਨ ਮਹਾਜ ਨੂੰ ਦਿਓ ਇਜਾਜ਼ਤ, ਅਤੇ ਤੁਸੀਂ ਦੇਖਦੇ ਰਹੋ ਜੀ ਡੀਸੀ ਚੈਨਲ।